हाँ जी, सत श्री अकाल जी सारों, होप सो तुम सारे जने वधिया होंगे। तो वैलकम है थोड़ा सारा का अपने यूट्यूब चैनल दीपाल पर 18 ते। तो अज का व्लॉग आप शुरू कर लगे साग के नाल, हरे वाई के नाल, हरियाली के नाल, क्योंकि आप अज सर्दियों का पहला साग बनाना। आप हाँ मतलब पहली बार साग बनाना, सरों का डैडी कल सरों लिया सके, पालक सू दिल कोई नहीं दिखाई, जिदा आप खेत चलाई दी है ना। तो हम आंटी आंटी तुकरी ने गंदला छिली होंगी आंटी, पापा जी हेल्प करा रहे ने साग जी रंच। मम्मी थोड़ी कांड होई पई है, हां भी ए तू ही दुखदी है ते मम्मी हूं गल मुगी चल, जेडी कहंदे मैं चीर दंदे तू मेनू साग कर दे दे, अगे ता अपने वाधू हो जांदा सी हैं, अगे ता अपने वाधू हो जांदा सी, तोड़ के ता साग ऐसे भी करो तनु दो वेरी धर लई दस तीन वेरी। हां ओ एम की ओ हो गया हैं, मीं ने मारता ना। हां मीं ना काम खराब हो गया, नहीं ता आप दिखावे भी अभी साग चुले से किमें बनाने, वैसे तो सारे पता ही है, पर आप थोड़ी थोड़ी है तुम दस देंगे भी तकनीक कि बना आंटी हरियाँ। अभी सारा दिन इन्हें को साग बनाया बनाई देख दें, जब चीर दें देख दें, जो कौलियाँ बना देख दें, अच्छ अभी भी देखा भी की प्रोसैस यूज करते हैं। यहाँ एक साग कट्टी आते तो आप उ पिछले माड़ा मोटा जो काम लेंदा वो करिए, आओ चलते हैं फिर पिछले मेन ज्यादा स्वाद उदो लगता जो तड़का फुल लग्या होवे, कले पठे जे नहीं चंगे लगदे मैनूं। भाभी ने तो रोटी हुणे खाधी हले, मतलब वाल वास्ते सारे ने पूछे कि टाइम रखना दस दे, दस्या सी वैसे भी एक दो घंटे रख लो, एक दो घंटे रख लो ला के पर मेनू नी पता भी, मेरे पहला भी सी ते हुण भी हैगी है बस। बाकी हरेक दे ग्रोथ वालां दी अलग अलग हुंदी है, स्कैल्प भी हरेक दा सेम नहीं हुंदा, हुण अमनिंदर बायोटेक दा लोशन वगैरह यूज करदी है, आलू टिक्की बनायो है ना, आलू वाले परौठे बनायो वीरियो जरूर बनावांगे आपां। ते एक भैन दा मैसेज आया भी मॉर्निंग रूटीन भी शेयर करियो, मॉर्निंग रूटीन उदन ही शेयर कर देंगे जिदन दिल कोई दा फोन आ गया, ये फोन फिर मेरे को आज दिल कोई दा नवा फोन आज, फिर आप हरेक मतलब ਅੱਜ 14 ਹੈ ਮੈਨੂੰ ਲੱਗਦਾ 14 14 ਤਰੀਕ ਹੋ ਗਈ, ਹਮ ਦਿਲ ਕੋਲ ਫੋਨ ਆਇਆ ਦਾ 17 ਨੂੰ, ਤੇ 17 ਤੋਂ ਬਾਅਦ ਆਪਾਂ ਡੇਲੀ ਮਤਲਬ ਇੱਕ 17 ਨਹੀਂ ਤਾਂ ਬਸ 17 ਨੂੰ ਆ ਹੀ ਜਾਣਾ, 17 ਨੂੰ ਆ ਹੀ ਜਾਣਾ, ਤੇ ਉਹ ਫਿਰ ਆਪਾਂ ਇੱਕ ਦਿਨ ਛੱਡ ਕੇ ਡੇਲੀ ਡੇਲੀ ਵਲੌਗ ਪਾਇਆ ਕਰਾਂਗੇ ਨਾ, 18 ਲਾਸਟ ਹੀ ਹੈ ਵੈਸੇ, ਹਾਂ ਨਵੀਂ ਤੋਂ ਨਵੀਂ ਰੈਸਪੀ ਲੈ ਕੇ ਆਵਾਂਗੇ ਜਿਹੜੀਆਂ ਜਿਹੜੀਆਂ ਸਾਨੂੰ ਆਉਂਦੀਆਂ, ਕਈ ਆਪਾਂ ਤੁਸੀਂ ਵੀ ਸਿੱਖ ਲਿਓ ਅਸੀਂ ਵੀ ਸਿੱਖ ਲਾਂਗੇ, ਆਪਾਂ ਵਲੌਗ 'ਚ ਹੀ ਬਣਾ ਲਿਆ ਕਰਾਂਗੇ, ਜੇ ਤਾਂ ਸਫਲ ਹੈ ਤਾਂ ਸਕਸੈਸਫੁਲ ਲਈਦਾ ਕਰਾਂਗੇ ਜੀ। ਅਸੀਂ ਗਏ ਸੀ ਦੀਵਾਲੀ ਦੇ ਕੱਪੜੇ ਲੈਣ, ਉਹ ਡੈਡੀ ਦੇ ਜਿਹੜੇ ਸੂਟ ਸੀਗੇ ਉਹ ਤਾਂ ਅਸੀਂ ਸਟਿਚ ਕਰਨ ਲਈ ਜਾਂਦੇ, ਤੇ ਨਾਲ ਫਿਰ ਅਸੀਂ ਡੈਡੀ ਨੂੰ ਮਾੜਾ ਜਿਹਾ ਮਨਾ ਕੇ, ਅੱਛਾ ਕਿ ਸਾਨੂੰ ਵੀ ਲਿਆ ਦਿਓ ਕੁਝ ਯਾਰ ਸੂਟ, ਹਾਂ ਅੱਛਾ ਸੂਟ, ਤੇ ਵੱਡੀ ਮੰਮੀ ਦਾ ਤਾਂ ਲੈ ਲੈਣਾ ਸੀਗਾ, ਮੰਮੀ ਨੂੰ ਵੀ ਰੋਟੀ ਖਾਣ ਨੂੰ ਆਪਾਂ ਲੈ ਲੈਣਾ ਸੀਗਾ, ਹਾਂ ਆ ਹੈਗਾ ਮੰਮੀ ਦਾ ਸੂਟ ਵੱਡੀ ਦਾ, ਵੱਡੀ ਮੰਮੀ ਦਾ ਸੂਟ ਹੈ ਆ, ਉਦੋਂ ਛੋਟੀ ਦਾ, ਛੋਟੀ ਦਾ ਮਤਲਬ ਆਂਟੀ ਦਾ, ਤੇ ਆ ਉਦੋਂ ਛੋਟੀ ਦਾ ਮਤਲਬ ਭਾਬੀ ਦਾ,
ਭਾਬੀ ਦਾ ਤੇ ਆ ਉਹ ਤੋਂ ਛੋਟ ਆ ਉਹ ਤੋਂ ਵੱਡੀ ਦਾ ਵੀਰ ਬੱਬੂ ਤੋਂ ਬੱਬੂ ਤੋਂ ਵੱਡੀ ਦਾ ਆ ਸੀ ਤੇ ਆ ਹੈਗਾ ਜਿਹੜੇ ਕੰਮ ਮੇਨ ਗਏ ਸੀ ਉਹ ਡੈਡੀ ਦੇ ਸੂਟ ਲੈਣ ਗਏ ਸੀ ਤੇ ਉਹ ਸਟਿਚ ਕਰਾਉਣੇ ਫੜਾਏ ਸਟਿਚ ਕਰਾਉਣੇ ਫੜਾਏ ਇੱਕ ਮੰਮੀ ਨੂੰ ਇੱਕ ਆ ਵੀ ਮੰਮੀ ਦਾ ਦੁਪੱਟਾ ਤੇ ਇੱਕ ਨਹੀਂ ਸੌਰੀ ਆ ਆਂਟੀ ਦਾ ਆ ਵੀ ਆਂਟੀ ਦਾ ਉਹ ਚੱਲ ਜਿਵੇਂ ਮਰਜ਼ੀ ਹੈ ਤੇ ਇੱਕ ਆ ਸੀ ਇੰਨਾ ਕੁ ਸਮਾਨ ਲੈ ਕੇ ਇਸ ਕੱਲ ਇੰਨਾ ਕੁ ਸਮਾਨ ਅਸੀਂ ਲੈ ਕੇ ਆਏ ਸੀ ਸ਼ਾਪਿੰਗ ਕਰਨ ਗਏ ਸੀ ਸ਼ਾਪਿੰਗ ਕਰਨ ਗਏ ਸੀ ਹਾਂ ਸ਼ਾਪਿੰਗ ਕਰਨ ਗਏ ਸੀ ਡੈਡੀ ਨੇ ਪੱਗ ਲਿਆਂਦੀ ਆ ਵਾਲੀ ਅਸੀਂ ਗੱਲ ਡੈਡੀ ਨੂੰ ਕਿਹਾ ਡੈਡੀ ਸਾਨੂੰ ਸੂਟ ਦੋ ਡੈਡੀ ਕਹਿੰਦੇ ਨਹੀਂ ਸਰਦਾ अलग लैन लगी मैं पर जो बैग वाइट फिर वाइट बैकग्राउंड कलर वाइट सारा जमुने डार्क मोर पंखी सारे वाइट सी करके फिर अभी कैंसल किया प्रोग्राम फिर ਅਸੀਂ ਕਿਹਾ ਚਲੋ ਹੁਣ ਇੱਕੋ ਜਿਹਾ ਪਾਈ ਦੇ ਦੇਣਗੇ ਇੱਕੋ ਦਾ ਹੀ ਹੋਰ ਲੈ ਲੈਣੇ ਇਹ ਸੀ ਆਪਣੀ ਛੋਟੀ ਜੀ ਸ਼ਾਪਿੰਗ ਹੋਰ ਫਿਰ ਕੱਲ ਲੈ ਆਉਂਦੇ ਇਹਨਾਂ ਦੇ ਨਹੀਂ ਮੁੱਕਦੇ ਭੈਣ ਨੇ ਜਿੰਨੇ ਮਰਜ਼ੀ ਬਣੇ ਹੋ ਤੇ ਥੋੜੀ ਸ਼ਟ ਅਪ ਤੈਨੂੰ ਤਾਂ ਤੂੰ ਵੀ ਤੈਨੂੰ ਤਾਂ ਮੇਰੇ ਜਾਂਦੇ ਆ ਮੇਰੇ ਦਾ ਬੱਬੂ ਦਾ ਆ ਭਾਬੀ ਦਾ ਆ ਆਂਟੀ ਦਾ ਉਹ ਵੀ ਦਾ ਜੋ ਪਰ ਉਹ ਚੁੰਨਾ ਚੁੰਨਾ ਨਹੀਂ ਆ ਭਾਬੀ ਪਾ ਕੇ ਲਿਆਉਂਦੀ ਮੈਨੂੰ ਵੀ ਦਵਾ ਕੇ ਲਿਆਓ ਇੱਕ ਸੂਟ ਤੈਨੂੰ ਮਿਲਤਾ ਗਿਆ ਲੋ ਵੀ ਆਪਾਂ ਨਾ ਤੋ ਕਿਉਂਕਿ ਰੈਡੀ ਕਿਉਂਕਿ ਆਪਾਂ ਅੱਜ ਸੂਟ ਕਲੈਕਸ਼ਨ ਵੀ ਸ਼ੂਟ ਕਰਨਾ ਤਾਂ ਸੋਚਿਆ ਚੱਲ ਵਧੀਆ ਕੱਪੜੇ ਪਾ ਲੈਨੇ ਆ ਤੇ ਮੈਂ ਜਿੰਨਾ ਟਾਈਮ ਨਹਾਉਣ ਗਈ ਆਉਂਦੀ ਨੂੰ ਮੇਰੇ ਇਹਨਾਂ ਨੇ ਸਾਗ ਕੀ ਕੀਤਾ ਧਰ ਵੀ ਦਿੱਤਾ ਤੁਸੀਂ ਬਣ ਕੇ ਕਾਲੀਆਂ ਵਗੀਆਂ ਨਹੀਂ ਇਹ ਅਸੀਂ ਤਾਂ ਹਜੇ ਪਹਿਲੀ ਵਾਰ ਇਹ ਨਾ ਸਰੋਂ ਦਾ ਸਾਗ ਆ ਪਹਿਲੀ ਵਾਰ ਅਸੀਂ ਪਾਣੀ ਕੱਟਣਾ ਹਜੇ ਬਾਲਾ ਦੇਣ ਲੱਗੇ ਆ ਅੱਛਾ ਜੇ ਪਾਣੀ ਨਾ ਕੱਢੇ ਤਾਂ ਫਿਰ ਕੜਕੜਤ ਮਾਰਦਾ ਅੱਛਾ ਚੱਕੀ ਮਾਰਾ ਟੱਕਣ ਕੱਲਾ फिर ठीक चलो असी भी सूट कलैक्शन शूट कर देंगे मैं बबू मैं चल देख वा मैं भी साग कितों तक प्रोसैस चल गया ना हाँ जी तो आप सोहने जे मौसम नाल कर लगे हैं कल दे व्लॉग नू कंटिन्यू जिदा कि आप कल दस्या कि आप सरों का साग बनाया तो सीजन का फस्ट साग बनाया कि आप अजे अगे तो आप जल्दी शुरू कर लें उन्हें कि आप लेट हो गए तो कल आप साग बनाया तो वह व्लॉग में आप कंटिन्यू नहीं किया मैं थोड़ा जहा सौ गई सी तो उस साग बन गया तो मैं सोचा हूँ मॉर्निंग आप साग में लाने तड़का नाल तो थोड़े नाल शेयर करांगे नाले आप भी तड़का ला लांगे तो बाकी अज अमनिंदर ते आंटी गंगा वंगा नानके ते अगे अमनिंदर का काम हुंदा सीगा मैं कल्ला व्लॉग शूट करती सीगी ते अमनिंदर का काम हुंदा सीगा एडिट करना थंबनेल लाउणा अपलोड करना सारा कुछ करना अमनिंदर का काम हुंदा सी अज मैनूं हुण व्लॉग बनाउणा वी पऊगा एडिट भी करना पऊगा अपलोड भी करना पऊ थंबनेल भी बनाउणा पऊगा आ चार पंज काम मेरे जुम्मे आ मैं मम्मी नूं फड़ाता मम्मी नूं प्याज भी फड़ाते टमाटर ते हरियां मिर्चां फड़ातियां तिन्ने चीज़ां मम्मी कट दूगी तो उस तो बाद फिर आप लावांगे देसी घिओ च तड़का तो उन्हां चिकर तुहानूं मैं अज बाहर दा मौसम दिखाउणी आ बहुत सोहणा होया पिया हाँ देखो अज मौसम देखो किन्ना सोहणा होया पिया अगे पता की हुंदा अगे दिल कुछ नूं ठंड नहीं लगदी हुंदी अगे दिल कुछ हुण भी एसी छड्ड के दुपहरे भी एसी छड्ड के सौंदा ते अज जदों मम्मी हरियां ने पखा भी ला लिया ना फिर भी दिल कुछ ऐं लग्गिया हाए ठंड ठंड कहिंदा पखा बंद कर दिओ हुण थोड़ा जिहा मौसम चेंज हो गया ਤੇ ਜਿਹੜੀਆਂ ਆਪਾਂ ਮੂਲੀਆਂ ਲਾਈਆਂ ਸੀਗੀਆਂ ਦੇਖੋ ਸਾਰੀਆਂ ਮੂਲੀਆਂ ਆਪਣੀਆਂ ਤੋਂ ਦਿਖੀ ਜਾਂਦੀਆਂ ਹੋਣਗੀਆਂ ਸਾਰੀਆਂ ਉਗਰਿਆਂ ਆਪਣੀਆਂ ਮੂਲੀਆਂ ਬਸ ਹੁਣ ਆਪਾਂ ਉਹ ਜਿਹੜੀਆਂ ਮੂਲੀਆਂ ਉਹ ਤਾਂ ਆਪਣੀਆਂ ਤਿਆਰ ਆ ਬਸ ਉਹ ਤਾਂ ਹੁਣ ਆਪਾਂ ਪੱਟਿਆ ਕਰਾਂਗੇ ਥੋੜੇ ਟਾਈਮ ਨੂੰ ਤੇ ਇਹ ਮੂਲੀਆਂ ਆਪਣੀਆਂ ਉਹਨੂੰ ਉਗਰਿਆ ਹੋਣਗੀਆਂ ਆ ਲਓ ਪਿਆਜ਼ ਮੰਮੀ ਕੱਟੀ ਜਾਂਦੀ ਹੈ ਹਰੀਆਂ ਮਿਰਚਾਂ ਮੰਮੀ ਨੇ ਕੱਟ ਦੀਆਂ ਠੀਕ ਹੈ ਤੇ ਟਮਾਟਰ ਵੀ ਮੰਮੀ ਨੇ ਕੱਟਤਾ ਤੇ ਹੁਣ ਆਪਾਂ ਦੇਸੀ ਘਿਓ ਚ ਲਾਉਣੇ ਆ ਤੜਕਾ ਮੰਮੀ ਅੱਜ ਵਲੌਗ ਸ਼ੂਟ ਕਰੇਂਗੀ ਮੇਰਾ ਹੈ चलो फिर आप कर लाने तड़का मम्मी ने कटते प्याज चल कोई नहीं और एक अद्धे दिन च लोट होगा फिर अंत थोड़ा झंक ही जाता शरीर
ਅਮੀ ਮੈਂ ਕਹਿੰਦੀ ਪਿਆਜ਼ ਬਹੁਤ ਆ ਹਾਂ ਦੋਨਾਂ ਨੇ ਖਾਣਾ ਸੀ ਹਾਂ ਵਾਧੂ ਆ ਕਿਉਂਕਿ ਡੈਡੀ ਪਤਾ ਕੀ ਹੈ ਡੈਡੀ ਆ ਮੋਟਾ ਜਿਹੜਾ ਆਪਾਂ ਤੜਕਾ ਕੱਟ ਕੇ ਲਾਉਣੇ ਨੇ ਇਹ ਖਾਂਦੇ ਨਹੀਂ ਇਹਨਾਂ ਨੂੰ ਬਰੀਕ ਕੱਟ ਕੇ ਰਾਤ ਲਾਦਾ ਸੀ ਰਾਤ ਵੈਸੇ ਆਪਾਂ ਬਣਾਇਆ ਸੀਗਾ ਆਪਦੇ ਵਾਸਤੇ ਵੀ ਪਰ ਉਹ ਖਤਮ ਹੋ ਗਿਆ ਥੋੜਾ ਜਿਹਾ ਸੀਗਾ ਤਾਂ ਕਰਕੇ ਮੈਂ ਸੋਚਿਆ ਹੁਣ ਨਵਾਂ ਤੜਕਾ ਲਾ ਲੈਂਦੇ ਹਾਂ ਚੱਲ ਅਮੀ ਚੱਲੀਏ ਚੱਲ ਠੀਕ ਆ ਕੋਈ ਨਹੀਂ ਬਸ ਹੁਣ ਹੋਰ ਨਹੀਂ ਪਾਉਣਾ ਲੋ ਵੀ ਤੇ ਆਪਾਂ ਕਰਦੇ ਹਾਂ ਕੰਟੀਨਿਊ ਪਹਿਲਾਂ ਪਕੌੜੇ ਦੇਸੀ ਘਿਓ ਪਹਿਲਾਂ ਚਮਚੇ ਨਾਲ ਇੰਨਾ ਕੁ ਦੇਸੀ ਘਿਓ ਬਹੁਤ ਹੋਣਾ ਕਿਉਂਕਿ ਆਪਣੇ ਪਿਆਲੇ ਥੋੜੇ ਵੱਧ ਪਾ ਲਓ ਤੁਸੀਂ ਕੋਈ ਨਹੀਂ ਪਰ ਵੱਧ ਪਾ ਲਓ ਕੋਈ ਫਿਰ ਤੁਸੀਂ ਬਾਹਲਾ ਪਾ ਕੇ ਤਾਂ ਖਾਂਦੇ ਨਹੀਂ ਤੜਕਾ ਵਧੀਆ ਬਣਾ ਫਿਰ ਦੁਬਾਰਾ ਤਾਂ ਥੋੜਾ ਜਿਹਾ ਪਾਵਾਂਗੇ ਜੀਰਾ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆਪਣੇ ਤੜਕੇ ਦੇ ਵਿੱਚ ਜੀਰਾ ਪਾ ਕੇ हल्के जे फ्राई करके दूजा कर देने अद्धे कच्चे रख देंगे मतलब हल्के जे फ्राई कर देंगे अं तीन थोड़े जे करा थोड़े जे करके लो भाई अपने हल्के जे फ्राई हो गए हम ए पा दें हरी मिर्च ਕੜੀ ਪੱਤੇ ਦੀ ਅੱਡੀ ਸਮੈਲ ਹੁੰਦੀ ਹੈ ਖੁਸ਼ਬੂ ਹੁੰਦੀ ਹੈ ਹਾਂ ਬਸ ਹੁਣ ਆਪਾਂ ਇਹਨੂੰ ਥੋੜਾ ਜਿਹਾ ਫਰਾਈ ਕਰਾਂਗੇ ਬਸ ਬਾਲਾ ਨਹੀਂ ਕਰਨਾ ਕਿਉਂਕਿ ਸਾਨੂੰ ਆਹੀ ਪਸੰਦ ਆ ਮੰਮੀ ਮੇਰਾ ਵਲੌਗ ਬਣਾ ਰਹੀ ਹੈ ਮੰਮੀ ਥੈਂਕ ਯੂ ਸੋ ਮੱਚ ਚੱਲ ਹੁਣ ਤੜਕਾ ਲੈ ਲੈ ਲੋ ਬਈ ਦੀਪਾ ਨੇ ਨਾ ਤਾਂ ਤੜਕਾ ਆਪਦੇ ਆਪਦੇ ਸਾਗ ਨੂੰ ਲਾਇਆ ਇਹਨਾਂ ਨੇ ਆਪ ਦੋਨੇ ਭੈਣ ਭਰਾ ਖਾਣਗੇ ਅਸੀਂ ਥੋੜਾ ਜਿਹਾ ਘੱਟ ਤੜਕੇ ਰੱਖਣੇ ਆ ਬਾਕੀ ਪਤਾ ਕੀ ਡੈਡੀ ਨੂੰ ਆਇਆ ਹੁੰਦਾ ਵੀ ਸਾਰੇ ਜਿਵੇਂ ਪਿਆਜ਼ ਟਮਾਟਰ ਸਾਰੇ ਪੱਕੇ ਵੇ ਹੋਣ ਤੜਕੇ ਤੇ ਅੱਜ ਦਿਸਣ ਦੇ ਨਾਲ ਪਰ ਜਿਹੜੀ ਸਾਨੂੰ ਹੁੰਦਾ ਸਾਨੂੰ ਐਂ ਹੁੰਦਾ ਵੀ ਥੋੜੇ ਥੋੜੇ ਮੋਟੇ ਹੋਣ ਰੱਖੇ ਦੇ ਤੇ ਹੁਣ ਆਪਾਂ ਤੜਕੇ ਚ ਸਾਗ ਪਾਉਣੇ ਆ ਫਿਰ ਉਹਨੂੰ ਦਿਖਾਉਣੇ ਵੀ ਆਪਣਾ ਸਾਗ ਕਿਵੇਂ ਦਾ ਬਣ ਗਿਆ ਇਹਦੇ ਚ ਮੈਂ ਥੋੜਾ ਜਿਹਾ ਪਾਣੀ ਪਾ ਕੇ ਹੈ ਨਾ ਆਪਣੇ ਤੜਕੇ ਨੂੰ ਸੀਗਾ ਰਲਾ ਲਿਆ ਤੇ ਤੜਕਾ ਆਪਣਾ ਹੁਣ ਜਮਾ ਰੈਡੀ ਹੋ ਗਿਆ ਹੁਣ ਮੈਂ ਉਹਨਾਂ ਦੇ ਸਾਗ ਪਾਉਂਗੀ ਜਿੰਨਾ ਕਿ ਮੈਂ ਤੇ ਦਿਲ ਖੁਸ਼ ਨਹੀਂ ਪਾਣਾ ਲੰਗੀ ਆਪਾਂ ਉਹਨਾਂ ਦੇ ਸਾਗ ਪਾਇਆ ਜਿੰਨਾ ਕਿ ਮੈਂ ਤੇ ਦਿਲ ਕੋ ਨਹੀਂ ਖਾਣਾ ਤੇ ਸਾਡੇ ਸਾਗ ਦੇ ਵਿੱਚ ਤੜਕਾ ਦੇਖੋ ਸਾਨੂੰ ਆਹੀ ਚੰਗਾ ਲੱਗਦਾ ਆਉਣੀ ਭਾਬੀ ਇੱਕ ਮਿੰਟ ਦੱਸੋ ਆਪਣਾ ਸਾਗ ਹੋ ਗਿਆ ਤੜਕੇ ਵਾਲਾ ਰੈਡੀ ਤੇ ਹੁਣ ਆਪਾਂ ਇਸ ਤੋਂ ਬਾਅਦ ਰੋਟੀ ਬਣਾਉਣੀ ਆ ਮੱਕੀ ਦੀ ਤੇ ਫਿਰ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ ਖਾਵਾਂਗੇ ਤੇ ਫਿਰ ਆਪਾਂ ਤੁਹਾਨੂੰ ਪਲੇਟਿੰਗ ਕਰਕੇ ਦਿਖਾਉਣੇ ਵੀ ਕਿਵੇਂ ਦਾ ਲੱਗਦਾ ਸਾਗ ਲੋ ਬਈ ਤੇ ਆਪਣਾ ਸਾਗ ਹੈਗਾ ਬਣ ਗਿਆ ਪਾਸਿਆਂ ਦਾ ਪਟਾਰਾ ਪਾ ਕੇ ਘਿਓ ਤੇ ਇੱਧਰ ਦਿਲ ਖੁਸ਼ ਕਰਨ ਲੱਗਿਆ ਸ਼ੁਰੂਆਤ ਤੇ ਮੜਾ ਖਾ ਕੇ ਦੱਸ ਕਿਵੇਂ ਅੱਗੇ ਦੱਸੋ ਖਾ ਕੇ ਦੱਸ ਇਹ ਤਾਂ ਖਾ ਕੇ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਤਾਂ ਪਹਿਲੇ ਪਤਾ ਲੱਗ ਜਾਂਦਾ ਹੁੰਦਾ ਦੇਖੀ ਇੱਧਰ ਇਹ ਗਈ ਮੂਲੀ ਕਿਵੇਂ ਰਾਤ ਜਿਹੜਾ ਤੜਕਾ ਲਾਇਆ ਸੀਗਾ ਉਹ ਤਾਂ ਮੁੱਕ ਗਿਆ ਮੈਂ ਕਿਹਾ ਚੱਲ ਹੁਣ ਦੁਬਾਰਾ ਤੜਕਾ ਲਾ ਲਈਏ ਤੇ ਆਪਾਂ ਮੱਕੀ ਦੀਆਂ ਰੋਟੀਆਂ ਬਣਾ ਲਈਆਂ ਸੀਗੀਆਂ ਤੇ ਮੱਕੀ ਦੀ ਰੋਟੀਆਂ ਤੇ ਲੱਸੀ ਤੇ ਮੂਲੀ ਤੇ ਸਾਗ ਨਾਲ ਸਾਗ ਵਾਲਾ ਗੰਢਾ ਨਹੀਂ ਕਿਹਨੇ ਪਾਣ ਵਾਲਾ ਮੰਜਾ ਹੋਵੇ ਸਾਗ ਨਾਲ ਗੰਢਾ ਹੋਵੇ ਨਾਲ ਇਹਦੇ ਹਰੀ ਹਰੀ ਨਾਲ ਹਰੀ ਨਾਲ ਨਾਲ ਚਿੱਟੀ ਮੂਲੀ ਹੋਵੇ ਨਾਲ ਹਰੀ ਹਰੀ ਸੱਜਰੀ ਮਿਰਚ ਵੀ ਪਾਈ ਹੋਵੇ ਨਾਲ ਲੋ ਵੀ ਆਪਾਂ ਉਹਦਾ ਜਿਹੜਾ ਸਾਗ ਵਾਲਾ ਕੰਮ ਸੀਗਾ ਉਹ ਆਪਣਾ ਹੋ ਗਿਆ ਫਿਨਿਸ਼ ਨਾ ਹੋਵੇ ਮਿਰਚ ਦਾ ਆਪਣਾ ਮੂਡ ਨਹੀਂ ਹੁੰਦਾ ਖਾਣ ਦਾ ਨਹੀਂ ਕੱਚੀਆਂ ਕੱਚੀਆਂ ਬਣਾਵਾਂਗੇ ਜਿੱਦਣ ਆਪਾਂ ਫੇਰ ਸਾਗ ਤਰੇ ਉਦੋਂ ਬਣਾਵਾਂਗੇ ਨਾ ਉਹ ਲਾਲ ਮਿਰਚਾਂ ਵਧੀਆ ਲੱਗਦੀਆਂ ਸਾਗ ਨਾਲ ਹਰੀਆਂ ਮਿਰਚਾਂ ਨਹੀਂ ਵਧੀਆ ਲੱਗਦੀਆਂ ਵੀ ਤੜਕੀਆਂ ਵਾਂਗ ਸੰਭਾਲ ਦੂਜੀਆਂ ਨਾ ਹੋਣ ਕੌੜੀਆਂ ਹੀ ਹੋਣ ਇਕਲੀਆਂ ਟੇਸਟ ਵਾਲੀਆਂ ਹੁੰਦੀਆਂ ਚਾਰੀ ਉਹ ਹੋਣ ਰੋਟੀ ਰੋਟੀ ਖਾ ਕੇ ਮੈਂ ਇੱਧਰ ਗੇੜਾ ਮਾਰਨ ਆਈ ਸੀਗੀ ਮੈਂ ਸੋਚਿਆ ਚੱਲ ਝਾੜੂ ਮਾਰ ਦਈਏ ਝਾੜੂ ਝੂੜੂ ਮਾਰ ਕੇ ਦਿਲ ਖੋਜ ਨੇ ਤਾਂ ਇੱਥੇ ਪੂਰੀ ਕਰਕੇ ਜਿਹੜਾ ਸੀਗਾ ਕੂੜਾ ਵਾਲਾ ਇਕੱਠਾ ਤੇ ਅੱਗ ਵੀ ਲਾਈ ਪਈ ਆ ਓ ਮਾਈ ਗੋਡ ਇੰਨਾ ਵਧੀਆ ਕੰਮ ਕਰਤਾ ਦਿਲ ਖੁਸ਼ ਨਹੀਂ ਮੈਨੂੰ ਤਾਂ ਉਮੀਦ ਵੀ ਨਹੀਂ ਸੀਗੀ ਚਲੋ ਫਿਰ ਆਪਣਾ ਤਾਂ ਕੰਮ ਨਿਬੜ ਗਿਆ ਤੇ ਬਸ ਆਪਾਂ ਹੁਣੇ ਰੋਟੀ ਰੋਟੀ ਖਾ ਕੇ ਫ੍ਰੀ ਹੋਏ ਸੀਗੇ ਤੇ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਆਂਟੀ ਵਰਗਾ ਅੱਜ ਗੰਗਾ ਵੰਗਾ ਤੇ ਅੱਜ ਦਿਨ ਬੋਰਿੰਗ ਹੋਊਗਾ ਕਿਉਂਕਿ ਮੇਰੀ ਤੇ ਅਮਨਿੰਦਰ ਦੀ ਥੋੜ੍ਹੀ ਜ਼ਿਆਦਾ ਰਾਚਕ ਬਹਿੰਦੀ ਹੁੰਦੀ ਅਸੀਂ ਇੱਕ ਦੂਜੇ ਨਾਲ ਭਗਾਈ ਜੀ ਮਾਰਦੀਆਂ ਰਹਿੰਦੀਆਂ ਤੇ ਬਾਕੀ ਚਲੋ ਕੋਈ ਨਹੀਂ ਆਪਾਂ ਹੁਣ ਕੰਮ ਕੁੰਮ ਕਰ ਲਿਆ ਤੇ ਦੁਆ ਆਪਾਂ ਵਲੌਗ ਐਡਿਟ ਕਰ ਲੈਂਦੇ ਹਾਂ ਵਲੌਗ ਐਡਿਟ ਕਰਕੇ ਅਪਲੋਡ ਕਰ ਦਿਆਂਗੇ ਉਸ ਤੋਂ ਬਾਅਦ ਸ਼ਾਇਦ ਅੱਜ ਮੂਲੀਆਂ ਵੀ ਪੱਟਣੀਆਂ ਹਨਾ ਉਹ ਕੰਮ ਕਰ ਲਾਂਗੇ ਆਪਾਂ ਤੇ
ਤੁਸੀਂ ਦੱਸਿਓ ਵੀ ਆਪਣਾ ਸਾਗ ਬਣਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ ਹੈ ਨਾ। ਅਤੇ ਇਹ ਸੀਜ਼ਨ ਦਾ ਆਪਾਂ ਫਸਟ ਸਾਗ ਬਣਾਇਆ ਸੀਗਾ ਅਤੇ ਆਪਾਂ ਐਵੇਂ ਦੀਆਂ ਰੈਸਪੀਆਂ ਨਵੀਆਂ ਨਵੀਆਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਅਤੇ ਜੇ ਕੋਈ ਤੁਹਾਨੂੰ ਹੋਰ ਸਪੈਸ਼ਲ ਕੋਈ ਵਲੋਗ ਚਾਹੀਦਾ ਕੋਈ ਬਿਨਾਂ ਰੈਸਪੀ ਤੋਂ ਹੈ ਨਾ, ਉਹ ਤੁਸੀਂ ਆਪਣੇ ਵਲੋਗ ਥੱਲੇ ਕਮੈਂਟ ਕਰ ਦਿਓ, ਆਪਾਂ ਜ਼ਰੂਰ ਰੈਡੀ ਕਰਾਂਗੇ ਉਹ ਤੁਹਾਡੇ ਲਈ। ਅਤੇ ਹੁਣ ਬਸ ਦੋ ਚਾਰ ਦੇਣਾ, ਫਿਰ ਉਸ ਤੋਂ ਬਾਅਦ ਮੇਰੇ ਕੋਲ ਫੋਨ ਆਪਣਾ ਆ ਜਾਣਾ, ਮਤਲਬ ਇਹ ਫੋਨ ਮੇਰੇ ਕੋਲ ਆ ਜਾਣਾ ਅਤੇ ਫਿਰ ਉਸ ਤੋਂ ਬਾਅਦ ਆਪਣੇ ਵਲੋਗ ਆਉਂਦੇ ਹੀ ਰਹਿਣਗੇ ਡੇਲੀ। ਹੁਣ ਆਪਾਂ ਨੂੰ ਕਿਤੇ ਦਿਲਕਸ਼ ਨੂੰ ਕਹਿਣਾ ਪੈਂਦਾ ਦਿਲਕਸ਼ ਫੋਨ ਦੇ ਹੀ ਮੈਂ ਵਲੋਗ ਬਣਾਉਣਾ, ਕਿੱਥੇ ਆਪਦਾ ਫੋਨ ਚੱਕਿਆ ਅਤੇ ਵਲੋਗ ਬਣਾ ਲਿਆ ਹੈ ਨਾ, ਇਹ ਥੋੜ੍ਹਾ ਜਿਹਾ ਫਰਕ ਪੈ ਜਾਂਦਾ। ਅਤੇ ਲਓ ਬਈ ਇਸੇ ਨਾਲ ਹੀ ਕਰਦੇ ਹਾਂ ਆਪਣੇ ਵਲੋਗ ਦਾ ਐਂਡ। ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਮੈਂ ਦੇਖਦੀ ਹੁੰਦੀ ਹਾਂ ਵੀ ਕਈ ਜਣੇ ਨਾ ਆਪਣਾ ਵਲੋਗ ਤਾਂ ਦੇਖਦੇ ਬਟ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਦੇ, ਪਲੀਜ਼ ਸਬਸਕ੍ਰਾਈਬ ਕਰਿਆ ਕਰੋ। ਅਤੇ ਲਓ ਬਈ ਆਪਾਂ ਦੇਖ ਲਓ ਹਰਿਆਲੀ। ਓਕੇ ਬਾਏ, ਮਿਲਦੇ ਫਿਰ ਨਵੇਂ ਜਿਹੇ ਵਲੋਗ ਨਾਲ।